ਬਸ ਸਵੇਰੇ ਸਾਨੂੰ ਇੰਟੀਮੇਸ਼ਨ ਮਿਲੀ ਸੀ, ਮੇਰੀ ਪੁਲਿਸ ਗਈ ਸੀਗੇ ਬਰੋਕਾ ਰੋਡ ਤੋਂ। ਉਹ ਬੰਦਾ ਐਕਚੁਅਲੀ ਕੀ ਹੈ, ਇਸ ਵੇਲੇ ਉਹਦਾ ਦਿਨੇਸ਼ ਕੁਮਾਰ ਨਾਂ ਦੱਸ ਰਿਹਾ, ਇਸ ਵੇਲੇ ਉਹ ਦਿਨੇਸ਼ ਕੁਮਾਰ ਉਰਫ ਕਾਕਾ ਪੁੱਤਰ ਰਾਜ ਕੁਮਾਰ, ਇਹ ਡਾਬਾ ਰੋਡ 'ਤੇ ਰਹਿੰਦਾ ਪੰਮੇ ਦੀ ਦੁਕਾਨਾਂ ਦੇ ਵਿੱਚ। ਫਿਲਹਾਲ ਤਾਂ ਇਹਨੇ ਨਸ਼ਾ ਕੀਤਾ ਹੋਇਆ, ਦੱਸਣ ਦੇ ਯੋਗ ਨਹੀਂ ਹੈ। ਬਾਅਦ 'ਚ ਨਸ਼ਾ ਥੋੜ੍ਹਾ ਡਾਊਨ ਹੋਣ ਤੋਂ ਬਾਅਦ ਡਿਟੇਲ ਪੁੱਛਗਿੱਛ ਕਰਾਂਗੇ, ਜੋ ਵੀ ਕਾਰਵਾਈ ਸਾਹਮਣੇ ਆਈ ਦੱਸਾਂਗੇ। ਅਤੇ ਸਰ ਤੁਹਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਪੰਜਵੀਂ ਚੋਰੀ ਹੈ ਔਰ ਅੱਜ ਦਿਨ ਦਿਹਾੜੇ ਅੰਦਰ ਵੜਿਆ, ਕੀ ਲੱਗਦਾ ਤੁਸੀਂ ਕਿ 27 ਨੂੰ ਬੰਦੀ ਹੋਈ? ਨਹੀਂ, ਚੋਰੀ ਹੋਈ ਹੈ ਤਾਂ ਟਰੇਸ ਵੀ ਨਾਲ ਦੇ ਨਾਲ ਕਰ ਰਹੇ ਨੇ, ਮੁਕੱਦਮੇ ਦਾ ਟਰੇਸ ਵੀ ਕਰ ਲਏ ਨੇ, ਇਹਨੂੰ ਵੀ ਟਰੇਸ ਕਰ ਲਾਂਗੇ ਜੀ। ਚੋਰੀ ਉਸ ਦਾ ਕੰਮ ਤਾਂ ਟਰੇਸ ਕਰਨਾ ਨਾ ਜੀ, ਠੀਕ ਹੈ, ਐਫ ਕਰ ਰਹੇ ਨੇ, ਕੋਈ ਮੁਕੱਦਮਾ ਆਪਣਾ ਅਨਟਰੇਸ ਨੇ, ਜਿੰਨੇ ਚੋਰੀ ਹੋਏ ਨੇ ਅਸੀਂ ਟਰੇਸ ਕੀਤੇ ਨੇ, ਬਾਕੀ ਲੋਕਾਂ ਜੇ ਹੋਰ ਹੋਊ ਟਰੇਸ ਕਰਾਂਗੇ। ਜਿਹੜੀ ਐਫ ਆਈ ਆਰ ਦਰਜ ਸ਼ਾਮ ਤੱਕ ਇਹ ਤਾਂ ਬਾਅਦ ਪੜਤਾਲ ਆ ਜੀ, ਕੀ 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 ਚੋਰੀ ਕੀ ਕੀਤੀ ਹੈ ਨਾ, ਪਤਾ ਲੱਗੂਗਾ ਕੌਣ ਹੈ ਕੌਣ ਹੈ। ਤਾਂ ਕੰਪਲੇਂਟ ਤਾਂ ਕਹਿੰਦੇ ਦਿੱਤੀ ਹੈ ਨਹੀਂ, ਐਫ ਆਈ ਆਰ ਤਦੇ ਦਰਜ ਹੋਊਗੀ ਨਾ ਜੇ ਕੋਈ ਜੁਰਮ ਹੋਇਆ ਹੋਊਗਾ। ਉਹ ਸਵੇਰੇ ਸਾਨੂੰ ਇੰਟੀਮੇਸ਼ਨ ਮਿਲੀ ਸੀ, ਮੇਰੀ ਪੁਲਿਸ ਗਈ ਸੀਗੇ ਬਰੋਕਾ ਰੋਡ ਤੋਂ। ਉਹ ਬੰਦਾ ਐਕਚੁਅਲੀ ਕੀ ਹੈ, ਇਸ ਵੇਲੇ ਉਹਦਾ ਦਿਨੇਸ਼ ਕੁਮਾਰ ਨਾਂ ਦੱਸ ਰਿਹਾ, ਇਸ ਵੇਲੇ ਉਹ ਦਿਨੇਸ਼ ਕੁਮਾਰ ਉਰਫ ਕਾਕਾ ਪੁੱਤਰ ਰਾਜ ਕੁਮਾਰ, ਇਹ ਡਾਬਾ ਰੋਡ 'ਤੇ ਰਹਿੰਦਾ ਪੰਮੇ ਦੀ ਦੁਕਾਨਾਂ ਦੇ ਵਿੱਚ। ਫਿਲਹਾਲ ਤਾਂ ਇਹਨੇ ਨਸ਼ਾ ਕੀਤਾ ਹੋਇਆ, ਦੱਸਣ ਦੇ ਯੋਗ ਨਹੀਂ ਹੈ। ਬਾਅਦ 'ਚ ਨਸ਼ਾ ਥੋੜ੍ਹਾ ਡਾਊਨ ਹੋਣ ਤੋਂ ਬਾਅਦ ਡਿਟੇਲ ਪੁੱਛਗਿੱਛ ਕਰਾਂਗੇ, ਜੋ ਵੀ ਕਾਰਵਾਈ ਸਾਹਮਣੇ ਆਈ ਦੱਸਾਂਗੇ। ਅਤੇ ਸਰ ਤੁਹਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਪੰਜਵੀਂ ਚੋਰੀ ਹੈ ਔਰ ਅੱਜ ਦਿਨ ਦਿਹਾੜੇ ਅੰਦਰ ਵੜਿਆ, ਕੀ ਲੱਗਦਾ ਤੁਸੀਂ ਕਿ 27 ਨੂੰ ਬੰਦੀ ਹੋਈ? ਨਹੀਂ, ਚੋਰੀ ਹੋਈ ਹੈ ਤਾਂ ਟਰੇਸ ਵੀ ਨਾਲ ਦੇ ਨਾਲ ਕਰ ਰਹੇ ਨੇ, ਮੁਕੱਦਮੇ ਦਾ ਟਰੇਸ ਵੀ ਕਰ ਲਏ ਨੇ, ਇਹਨੂੰ ਵੀ ਟਰੇਸ ਕਰ ਲਾਂਗੇ ਜੀ। ਚੋਰੀ ਉਸ ਦਾ ਕੰਮ ਤਾਂ ਟਰੇਸ ਕਰਨਾ ਨਾ ਜੀ, ਠੀਕ ਹੈ, ਐਫ ਕਰ ਰਹੇ ਨੇ, ਕੋਈ ਮੁਕੱਦਮਾ ਆਪਣਾ ਅਨਟਰੇਸ ਨੇ, ਜਿੰਨੇ ਚੋਰੀ ਹੋਏ ਨੇ ਅਸੀਂ ਟਰੇਸ ਕੀਤੇ ਨੇ, ਬਾਕੀ ਲੋਕਾਂ ਜੇ ਹੋਰ ਹੋਊ ਟਰੇਸ ਕਰਾਂਗੇ। ਜਿਹੜੀ ਐਫ ਆਈ ਆਰ ਦਰਜ ਸ਼ਾਮ ਤੱਕ ਇਹ ਤਾਂ ਬਾਅਦ ਪੜਤਾਲ ਆ ਜੀ, ਕੀ ਚੋਰੀ ਕੀ ਕੀਤੀ ਹੈ ਨਾ, ਪਤਾ ਲੱਗੂਗਾ ਕੌਣ ਹੈ ਕੌਣ ਹੈ। ਤਾਂ ਕੰਪਲੇਂਟ ਤਾਂ ਕਹਿੰਦੇ ਦਿੱਤੀ ਹੈ ਨਹੀਂ, ਐਫ ਆਈ ਆਰ ਤਦੇ ਦਰਜ ਹੋਊਗੀ ਨਾ ਜੇ ਕੋਈ ਜੁਰਮ ਹੋਇਆ ਹੋਊਗਾ। ਉਹ ਸਵੇਰੇ ਸਾਨੂੰ ਇੰਟੀਮੇਸ਼ਨ ਮਿਲੀ ਸੀ, ਮੇਰੀ ਪੁਲਿਸ ਗਈ ਸੀਗੇ ਬਰੋਕਾ ਰੋਡ ਤੋਂ। ਉਹ ਬੰਦਾ ਐਕਚੁਅਲੀ ਕੀ ਹੈ, ਇਸ ਵੇਲੇ ਉਹਦਾ ਦਿਨੇਸ਼ ਕੁਮਾਰ ਨਾਂ ਦੱਸ ਰਿਹਾ, ਇਸ ਵੇਲੇ ਉਹ ਦਿਨੇਸ਼ ਕੁਮਾਰ ਉਰਫ ਕਾਕਾ ਪੁੱਤਰ ਰਾਜ ਕੁਮਾਰ, ਇਹ ਡਾਬਾ ਰੋਡ 'ਤੇ ਰਹਿੰਦਾ ਪੰਮੇ ਦੀ ਦੁਕਾਨਾਂ ਦੇ ਵਿੱਚ। ਫਿਲਹਾਲ ਤਾਂ ਇਹਨੇ ਨਸ਼ਾ ਕੀਤਾ ਹੋਇਆ, ਦੱਸਣ ਦੇ ਯੋਗ ਨਹੀਂ ਹੈ। ਬਾਅਦ 'ਚ ਨਸ਼ਾ ਥੋੜ੍ਹਾ ਡਾਊਨ ਹੋਣ ਤੋਂ ਬਾਅਦ ਡਿਟੇਲ ਪੁੱਛਗਿੱਛ ਕਰਾਂਗੇ, ਜੋ ਵੀ ਕਾਰਵਾਈ ਸਾਹਮਣੇ ਆਈ ਦੱਸਾਂਗੇ। ਅਤੇ ਸਰ ਤੁਹਾਡੇ ਇਸ ਇਲਾਕੇ ਦੇ ਵਿੱਚ ਲਗਾਤਾਰ ਪੰਜਵੀਂ ਚੋਰੀ ਹੈ ਔਰ ਅੱਜ ਦਿਨ ਦਿਹਾੜੇ ਅੰਦਰ ਵੜਿਆ, ਕੀ ਲੱਗਦਾ ਤੁਸੀਂ ਕਿ 27 ਨੂੰ ਬੰਦੀ ਹੋਈ? ਨਹੀਂ, ਚੋਰੀ ਹੋਈ ਹੈ ਤਾਂ ਟਰੇਸ ਵੀ ਨਾਲ ਦੇ ਨਾਲ ਕਰ ਰਹੇ ਨੇ, ਮੁਕੱਦਮੇ ਦਾ ਟਰੇਸ ਵੀ ਕਰ ਲਏ ਨੇ, ਇਹਨੂੰ ਵੀ ਟਰੇਸ ਕਰ ਲਾਂਗੇ ਜੀ। ਚੋਰੀ ਉਸ ਦਾ ਕੰਮ ਤਾਂ ਟਰੇਸ ਕਰਨਾ ਨਾ ਜੀ, ਠੀਕ ਹੈ, ਐਫ ਕਰ ਰਹੇ ਨੇ, ਕੋਈ ਮੁਕੱਦਮਾ ਆਪਣਾ ਅਨਟਰੇਸ ਨੇ, ਜਿੰਨੇ ਚੋਰੀ ਹੋਏ ਨੇ ਅਸੀਂ ਟਰੇਸ ਕੀਤੇ ਨੇ, ਬਾਕੀ ਲੋਕਾਂ ਜੇ ਹੋਰ ਹੋਊ ਟਰੇਸ ਕਰਾਂਗੇ। ਜਿਹੜੀ ਐਫ ਆਈ ਆਰ ਦਰਜ ਸ਼ਾਮ ਤੱਕ ਇਹ ਤਾਂ ਬਾਅਦ ਪੜਤਾਲ ਆ ਜੀ, ਕੀ ਚੋਰੀ ਕੀ ਕੀਤੀ ਹੈ ਨਾ, ਪਤਾ ਲੱਗੂਗਾ ਕੌਣ ਹੈ ਕੌਣ ਹੈ। ਤਾਂ ਕੰਪਲੇਂਟ ਤਾਂ ਕਹਿੰਦੇ ਦਿੱਤੀ ਹੈ ਨਹੀਂ, ਐਫ ਆਈ ਆਰ ਤਦੇ ਦਰਜ ਹੋਊਗੀ ਨਾ ਜੇ ਕੋਈ ਜੁਰਮ ਹੋਇਆ ਹੋਊਗਾ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।